ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ। ਵੀਡੀਓ ਤੇ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਬੈਲ ਆਈਕਨ ਕਰ ਦਿਓ ਔਨ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਕੋਲ। ਪੰਜਾਬ 'ਚ ਅਧਿਆਪਕ ਭਰਤੀ ਬਾਰੇ, ਚਾਹੇ ਉਹ ਬੀਐਡ ਹੈ ਚਾਹੇ ETET ਹੈਗੀ ਹੈ, ਇਸ ਤੋਂ ਪਹਿਲਾਂ ਇੱਕ ਦਿਨ ਨਿਊਜ਼ ਵਾਇਰਲ ਹੋਈ ਸੀ ਕਿ ਪੰਜਾਬ ਦੇ ਵਿੱਚ ਮਾਸਟਰ ਗ੍ਰੇਡ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਆਉਣ ਜਾ ਰਹੀਆਂ ਹਰ ਇੱਕ ਸਬਜੈਕਟ ਦੀਆਂ, ਜਿਹਦੇ ਵਿੱਚ SST ਦੀਆਂ ਅਸਾਮੀਆਂ 1100 ਬੋਲ ਰਹੇ ਸੀ, ਜਿਹਦੇ ਵਿੱਚ ਪੰਜਾਬੀ ਦੀਆਂ ਅਸਾਮੀਆਂ 1500 ਕਹਿ ਰਹੇ ਸੀ, ਮੈਥ ਦੀਆਂ ਅਸਾਮੀਆਂ 720 ਕਹਿ ਰਹੇ ਸੀ, ਔਦਰ ਜਿਹੜੀਆਂ ਅਸਾਮੀਆਂ ਬਾਰੇ ਗੱਲ ਕੀਤੀ ਜਾ ਰਹੀ ਸੀ। ਤੋ ਅੱਜ ਉਹਦਾ ਪਰਦਾ ਫਾਸ਼ ਹੋ ਚੁੱਕਿਆ ਬਿਲਕੁਲ। ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਜਾ ਕਿ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਗੌਰਮੈਂਟ ਜੌਬ ਜਿਹੜੀ ਤੁਸੀਂ ਲੈ ਸਕਦੇ ਹੋ 2022 ਦੀਆਂ ਚੋਣਾਂ ਤੋਂ ਪਹਿਲਾਂ, ਜਿਹੜੇ ਧਮਾਕੇ ਹੋਣ ਜਾ ਰਹੇ ਆ ਪੰਜਾਬ ਦੇ ਵਿੱਚ ਨੌਕਰੀਆਂ ਦੇ, ਸੋ ਉਹਨਾਂ ਬਾਰੇ ਗੱਲ ਕਰਾਂਗੇ। ਸੋ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਦਿਓ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬੋ ਤਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਗੌਰਮੈਂਟ ਜਾਂ ਲੋਕਲ ਜਾਂ ਪ੍ਰਾਈਵੇਟ ਜੌਬ ਆਉਂਦੀ ਹੈ ਉਸਦੀ ਇਨਫੋ ਆਪਣੇ ਚੈਨਲ 'ਤੇ ਮਿਲਦੀ ਰਹਿੰਦੀ ਹੈ। ਸੋ ਇਹਨਾਂ ਐਗਜ਼ਾਮ ਦੀ ਤੁਸੀਂ ਤਿਆਰੀ ਕਿਵੇਂ ਕਰਨੀ, ਇਹਨਾਂ ਭਰਤੀਆਂ ਦੇ ਵਿੱਚ ਤੁਸੀਂ ਅਪਲਾਈ ਕਿਵੇਂ ਕਰਨਾ, ਸਭ ਕੁਝ ਆਪਣੇ ਚੈਨਲ 'ਤੇ ਪਤਾ ਲੱਗਦਾ। ਸੋ ਗੱਲ ਕਰਾਂਗੇ ਕਿ ਅਧਿਆਪਕ ਭਰਤੀ ਵਾਸਤੇ ਆਪਾਂ ਨੂੰ ਪਤਾ ਕਿ ਹਰ ਸਾਲ ਜਿਹੜਾ ਪੰਜਾਬ ਸਰਕਾਰ ਦੁਆਰਾ ਹਰ ਸਾਲ ਇੱਕ ਬਜਟ ਪੇਸ਼ ਹੁੰਦਾ, ਜਿਹਨੂੰ ਬੋਲਦੇ ਆ ਸਲਾਨਾ ਬਜਟ, ਠੀਕ ਹੈ। ਸਲਾਨਾ ਬਜਟ ਵਿੱਤ ਮੰਤਰੀ ਦੁਆਰਾ ਪੇਸ਼ ਕੀਤਾ ਜਾਂਦਾ। ਸੋ ਅੱਜ ਲਗਭਗ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੁਆਰਾ ਇੱਕ ਬਜਟ ਪੇਸ਼ ਕੀਤਾ ਗਿਆ। ਉਸ ਬਜਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਬੋਲਿਆ ਕਿ ਜਨਾਬ ਸਪੀਕਰ ਸਾਹਿਬ, ਇਹਨਾਂ 4 ਸਾਲਾਂ ਦੌਰਾਨ ਸਾਡੀ ਸਰਕਾਰ ਨੇ 22,737 ਅਧਿਆਪਕਾਂ ਅਤੇ ਸਿੱਖਿਆ ਪ੍ਰਬੰਧਕਾਂ ਦੀ ਭਰਤੀ ਕੀਤੀ ਹੈ ਅਤੇ ਕਰ ਰਹੇ ਹਾਂ, ਭਾਵ ਇਹਨਾਂ ਨੇ ਪੂਰੇ ਇਹਨਾਂ ਸਾਲਾਂ ਵਿੱਚ 22,000 ਟੀਚਰਾਂ ਦੀ ਭਰਤੀ ਦਾ ਟੀਚਾ ਮਿੱਥਿਆ ਸੀ, ਜਿਹਦੇ ਵਿੱਚ ETET ਵੀ ਆ ਗਏ, ਜਿਹਦੇ ਵਿੱਚ NTT ਵੀ ਆ ਗਈ, ਜਿਹਦੇ ਵਿੱਚ BEd ਵਾਲੇ ਵੀ ਆ ਗਏ, ਜਿਨ੍ਹਾਂ ਦੇ ਵਿੱਚ DPI ਵੀ ਆ ਗਏ। ਸੋ ਹੁਣ ਅੱਗੇ ਇਹਨਾਂ ਨੇ ਲਿਖਿਆ ਕਿ ਅਧਿਆਪਕਾਂ ਦੀ ਇਸ ਤੋਂ ਇਲਾਵਾ, ਇਹ ਕਹਿੰਦੇ ਕਿ ਇਸ ਤੋਂ ਇਲਾਵਾ 8,184 ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜਲਦੀ ਆਵੇਗਾ। ਹੁਣ ਤੁਹਾਡੇ ਲਈ ਇਹ ਵੱਡੀ ਖੁਸ਼ਖਬਰੀ ਹੈ, ਇਹ ਨਿਊਜ਼ ਬਿਲਕੁਲ ਅਫੀਸ਼ੀਅਲ ਹੈ, ਇਸ ਦੇ ਵਿੱਚ ਕੁਝ ਵੀ ਫੇਕ ਨਹੀਂ ਹੈ। ਇਹ ਬਜਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਪੰਜਾਬ ਦੇ ਵਿੱਤ ਮੰਤਰੀ ਦੁਆਰਾ। ਤੁਸੀਂ ਦੇਖ ਸਕਦੇ ਹੋ ਕਿ 8,184 ਅਸਾਮੀਆਂ, ਉਹ ਇਹ ਅਸਾਮੀਆਂ ਦੇ ਵਿੱਚ ETT ਵੀ ਅਸਾਮੀਆਂ ਹੋ ਸਕਦੀਆਂ ਨੇ, ਇਹਨਾਂ ਵਿੱਚ BEd ਵੀ ਹੋ ਸਕਦੀਆਂ, ਦੋਨਾਂ ਦੀਆਂ ਮਿਕਸ ਅਸਾਮੀਆਂ ਦੀ ਟੋਟਲ ਗਿਣਤੀ 8,184 ਦੱਸ ਰਹੇ ਹੈਗੇ ਆ। ਇਸਦਾ ਇਸ਼ਤਿਹਾਰ ਤੁਸੀਂ ਦੇਖ ਸਕਦੇ ਹੋ ਕਿ ਜਲਦੀ ਆ ਜਾਵੇਗਾ ਔਰ ਜਲਦੀ ਇਹਨਾਂ ਦਾ ਅਪਲਾਈ ਹੋ ਜਾਵੇਗਾ। ਸੋ ਅਸਾਮੀਆਂ ਮਾਸਟਰ ਗ੍ਰੇਡ ਦੇ ਵਿੱਚ ਕਿੰਨੀਆਂ ਆਉਂਦੀਆਂ ਜਾਂ ETT ਦੇ ਵਿੱਚ ਕਿੰਨੀਆਂ ਆਉਂਦੀਆਂ, ਇੱਥੇ ਕੋਈ ਮੈਂਸ਼ਨ ਨਹੀਂ ਕੀਤਾ, ਪਰ 8,000 ਅਸਾਮੀ ਆ ਰਹੀ ਹੈ, ਕਾਫੀ ਵੱਡੀ ਗਿਣਤੀ 'ਚ ਅਸਾਮੀ ਆ ਰਹੀ ਹੈ। ਔਰ ਜਿਹੜੀ ਤੁਸੀਂ ਇੱਕ ਵੀਡੀਓ ਦੇਖੀ ਸੀ ਕਿ 1500 ਅਸਾਮੀ ਪੰਜਾਬੀ ਦੀ ਹੋਏਗੀ ਔਰ 1100 ਅਸਾਮੀ SST ਦੀ ਹੋਵੇਗੀ, ਬਿਲਕੁਲ ਉਹ ਚੀਜ਼ ਬਿਲਕੁਲ ਅਫੀਸ਼ੀਅਲ ਹੁੰਦੀ ਨਜ਼ਰ ਆ ਰਹੀ ਹੈ। ਔਰ ਇਸ ਤੋਂ ਇਲਾਵਾ ਇਹਨਾਂ ਲਿਖਿਆ ਕਿ ਇਸ ਤੋਂ ਇਲਾਵਾ ਪਿਛਲੇ 4 ਸਾਲਾਂ ਦੌਰਾਨ ਅਸੀਂ 14,064 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ ਔਰ ਜੋ ਪਿਛਲੇ 5 ਤੋਂ 15 ਸਾਲਾਂ ਤੋਂ ਠੇਕੇ ਦੇ ਆਧਾਰ ਕੀਤੇ ਸੀ, ਭਾਵੇਂ ਇਹਨਾਂ ਨੇ ਠੇਕੇ ਵਾਲੇ ਬਹੁਤ ਸਾਰੇ ਅਧਿਆਪਕਾਂ ਨੂੰ ਜਿਹੜਾ ਰੈਗੂਲਰ ਕਰ ਦਿੱਤਾ ਗਿਆ। ਔਰ ਅੱਗੇ ਇਹਨਾਂ ਨੇ ਕੁਛ ਹੋਰ ਜਿਹੜੇ ਨਵੇਂ ਐਕਟ ਜਿਹੜੇ ਕਰਮਚਾਰੀਆਂ ਵਾਸਤੇ ਅਧਿਆਪਕਾਂ ਵਾਸਤੇ ਜਿਹੜੇ ਬਣਾਏ ਹੈਗੇ ਆ, ਸੋ ਇਹਨਾਂ ਦਾ ਤੁਸੀਂ ਜਿਹੜਾ ਪੂਰਾ ਲਗਭਗ ਬਹੁਤ ਸਾਰੇ ਪੇਜਾਂ ਦਾ ਬਸਟ ਹੈ ਜ਼ਰੂਰ ਰੀਡ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ। ਬਾਕੀ ਜਾਣਕਾਰੀ ਲਈ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।